ਔਰ ਕਿਬਲਾ ਹਜ਼ੂਰ ਕੋਲ ਦਾਦ ਲੈ ਰਹੇ ਸਨ। ਜਿਹੜਾ ਬੰਦਾ ਇਸ ਦੁਆ ਦਾ ਮੁੰਤਜ਼ਰ ਕਰ ਬੋਲੇ ਕਿ ਸੁਭਾਨ ਅੱਲਾਹ। ਐਸੇ ਜਿਹੜੀ ਜਗ੍ਹਾ ਵਿੱਚ ਖਾਲੀ ਪਈ ਹੈ ਨੂੰ ਪੂਰਨ ਕਰ ਲਈਏ। ਇਹ ਜੀ ਜਿਹੜੀ ਜਗ੍ਹਾ ਖਾਲੀ ਪਈ ਹੈ ਮਾਸ਼ਾਅੱਲਾ ਅੱਗੇ ਅੱਗੇ ਤਸ਼ਰੀਫ ਲੈ ਆਓ। ਪਿਛਲੇ ਲੋਕ ਆਸਾਨੀ ਨਾਲ ਬੈਠ ਜਾਣਗੇ। ਜਿਹੜਾ ਹਜ਼ੂਰ ਦਾ ਨੌਕਰ ਬਣ ਕੇ ਆਇਆ ਮਾਸ਼ਾਅੱਲਾ ਅੱਗੇ ਅੱਗੇ ਆ ਜਾਵੇਗਾ। ਜਿਹੜਾ ਹਜ਼ੂਰ ਦਾ ਕੰਮੀ ਬਣ ਕੇ ਆਇਆ ਮੇਰੀ ਹਜ਼ੂਰ ਦੇ ਨੌਕਰ ਵੱਲ ਗੱਲ ਹੈ, ਤੇ ਜਿਹੜਾ ਆਪਣੇ ਆਪ ਨੂੰ ਨਵਾਬ ਸਮਝੀ ਬੈਠਾ ਮੇਰੀ ਉਹਦੇ ਨਾਲ ਗੱਲ ਨਹੀਂ। ਜਿਹੜਾ ਹਜ਼ੂਰ ਦਾ ਨੌਕਰ ਬਣ ਕੇ ਆਇਆ, ਜਿਹੜਾ ਮਦੀਨੇ ਜਾਣਾ ਚਾਹੁੰਦਾ, ਮੈਂ ਉਸ ਬੰਦੇ ਨੂੰ ਬਿਲਕੁਲ ਇਨਸ਼ਾਅੱਲਾ ਉਸ ਬੰਦੇ ਨੂੰ ਸਦਾ ਦੇਣਾ ਚਾਹੁੰਦਾ ਕਿ ਅੱਗੇ ਅੱਗੇ ਤਸ਼ਰੀਫ ਲੈ ਜਾਵੇਗਾ। ਮੈਨੂੰ ਕਿਬਲਾ ਹਜ਼ੂਰ ਦਾ ਹੁਕਮ ਹੋਇਆ ਕਿ ਇੱਕ ਸ਼ੇਰ ਪੜ੍ਹਨਾ, ਇਨਸ਼ਾਅੱਲਾ ਇੱਕ ਸ਼ੇਰ ਪੜ੍ਹ ਕੇ ਵਾਇੰਡ ਅਪ ਕਰ ਲੈਣਾ ਔਰ ਅਗਲੇ ਨਾਥ ਖਾਨ ਨੂੰ ਦਾਵਾ ਦੇਣੀ ਹੈ। ਹੁਣ ਤੁਹਾਡਾ ਜ਼ੌਕ ਚੈੱਕ ਕਰਨਾ, ਤੁਸੀਂ ਕਿੰਨੇ ਜ਼ੌਕ ਵਿੱਚ ਬੈਠੇ ਹੋ। ਨਾਰਾ ਤਕਬੀਰ, ਬਿਲਕੁਲ ਢਿੱਲਾ ਨਾਰਾ ਹੈ, ਨਾਰਾ ਤਕਬੀਰ, ਥੋੜੀ ਜਿਹੀ ਬੇਸ ਖੋਲ ਦਿਓ ਤੇ ਵਾਲੀਅਮ ਖੋਲ ਦਿਓ। ਨਾਰਾ ਤਕਬੀਰ, ਨਾਰਾ ਰਿਸਾਲਤ, ਨਾਰਾ ਆਦਰੀ, ਨਾਰਾ ਗਾਸੀਆ, ਅੱਲਾ ਮੁਹੰਮਦ ਚਾਰ ਯਾਰ ਹਾਜੀ ਖਾਜਾ ਕੁਤਬ ਫਰੀਦ ਹੱਕ ਫਰੀਦ। ਕਿਬਲਾ ਹਜ਼ੂਰ ਦਾ ਹੁਕਮ ਹੋਇਆ ਮੈਂ ਇਨਸ਼ਾਅੱਲਾ ਇੱਕ ਸ਼ੇਰ ਪੜ੍ਹਨਾ। ਨਹੀਂ ਯਾਰ ਭਾਈ, ਜ਼ਿਕਰੇ ਹੁਸੈਨ ਕਰ ਰਹੇ ਸਨ ਤੇ ਮੈਂ ਇਨਸ਼ਾਅੱਲਾ ਉਰਦੂ ਦਾ ਸ਼ੇਰ ਪੜ੍ਹਨਾ ਜ਼ਿਕਰੇ ਹੁਸੈਨ ਤੇ ਕਿ ਹੁਸੈਨ ਤੇਰੀ ਅਤਾ ਕਾ ਚਸ਼ਮਾ, ਕਿਬਲਾ ਹਜ਼ੂਰ ਤੁਹਾਡੀ ਨਜ਼ਰ ਕਿ ਹੁਸੈਨ ਤੇਰੀ ਅਤਾ ਕਾ ਚਸ਼ਮਾ, ਦਿਲੋਂ ਕੇ ਦਾਮਨ ਭਿਗੋ ਰਹਾ ਹੈ, ਯੇ ਆਸਮਾਂ ਪੇ ਬਰਸਤਾ ਬਾਦਲ ਤੇਰੀ ਮੁਹੱਬਤ ਮੇ ਰੋ ਰਹਾ ਹੈ, ਸਭਾ ਵੀ ਗੁਜ਼ਰੇ ਜੋ ਕਰਬਲਾ ਸੇ ਤੋ ਕਹਿਤਾ ਹੈ ਉਸੇ ਅਰਸ਼ ਵਾਲਾ, ਤੂੰ ਔਰ ਧੀਰੇ ਗੁਜ਼ਰ ਯਹਾਂ ਸੇ ਕਿ ਮੇਰਾ ਸ਼ਬੀਰ ਸੋ ਰਹਾ ਹੈ, ਤੂੰ ਔਰ ਧੀਰੇ ਗੁਜ਼ਰ ਯਹਾਂ ਸੇ, ਤੂੰ ਔਰ ਧੀਰੇ ਗੁਜ਼ਰ ਯਹਾਂ ਸੇ ਕਿ ਮੇਰਾ ਸ਼ਬੀਰ ਸੋ ਰਹਾ ਹੈ। ਤੇ ਮੈਂ ਅੱਜ ਦੀ ਇਸ ਇੰਤਜ਼ਾਮੀਆਂ ਨੂੰ ਮੁਬਾਰਕਬਾਦ ਪੇਸ਼ ਕਰਨਾ ਚਾਹੁੰਦਾ, ਉਹਨਾਂ ਦਾ ਜ਼ੌਕ ਦੱਸਣਾ ਚਾਹੁੰਦਾ ਤੇ ਮੈਂ ਇੰਜ ਕਹਿੰਦਾ ਹੋਣਾ ਕਿ ਮਹਿਫਲ ਪਾਕ ਹਜ਼ੂਰ ਦੀ ਸੱਜੀ ਹੋਈ ਹੈ, ਬੜੇ ਸ਼ੌਕ ਨਾਲ ਹਰ ਕੋਈ ਆ ਰਿਹਾ ਤੇ ਜਿਹੜਾ ਹਜ਼ੂਰ ਦਾ ਨੌਕਰ ਸ਼ੌਕ ਨਾਲ ਆਇਆ ਹੈ ਦੋਵੇਂ ਹੱਥ ਚਾ ਕੇ ਝੰਡੇ ਬਣਾ ਕੇ ਸ਼ੌਕ ਨਾਲ ਕੱਜ ਕੇ ਬੋਲੇ ਸੁਭਾਨ ਅੱਲਾਹ। ਅੱਲਾ ਤੁਹਾਡੇ ਹੱਥਾਂ ਨੂੰ ਸਲਾਮਤ ਰੱਖੇ, ਇੱਕ ਵਾਰੀ ਫਿਰ ਕਹਿ ਸਕਦੇ ਹੋ ਸੁਭਾਨ ਅੱਲਾਹ। ਅੱਲਾ ਮਦੀਨੇ ਲੈ ਜਾਵੇ, ਇੱਕ ਵਾਰੀ ਫਿਰ ਕੱਜ ਕੇ ਬੋਲੇ ਸੁਭਾਨ ਅੱਲਾਹ। ਮਹਿਫਲ ਪਾਕ ਹਜ਼ੂਰ ਦੀ ਸੱਜੀ ਹੋਈ ਹੈ, ਬੜੇ ਸ਼ੌਕ ਨਾਲ ਹਰ ਕੋਈ ਆ ਰਿਹਾ ਹੈ ਤੇ ਆਮਦ ਸੋਨੇ ਦੀ ਸੁਣ ਕੇ ਹਰ ਆਸ਼ਿਕ ਆਪਣੇ ਆਪਣੇ ਘਰ ਨੂੰ ਸਜਾ ਰਿਹਾ ਹੈ ਤੇ ਪਰਦਾ ਉਧਰ ਉਦੋਂ ਸਲਾਮ ਬੈਠੇ ਉਹ ਤੇ ਆਪਣੇ ਬਖਤ ਜਗਾ ਰਿਹਾ ਹੈ। ਉਹ ਪੜੋ ਪੜੋ ਦਰੂਦੋ ਸਲਾਮ ਸਾਗਰ, ਅੱਲਾ ਵਿੱਚ ਕੁਰਾਨ ਫਰਮਾ ਰਿਹਾ ਹੈ, ਪੜੋ ਪੜੋ ਦਰੂਦੋ ਸਲਾਮ ਸਾਗਰ, ਪੜੋ ਪੜੋ ਦਰੂਦੋ ਸਲਾਮ ਸਾਗਰ, ਅੱਲਾ ਵਿੱਚ ਕੁਰਾਨ ਫਰਮਾ ਰਿਹਾ ਹੈ। ਕੀ ਫਰਮਾ ਰਿਹਾ ਹੈ ਕਿ ਇਹ ਜ਼ਰੂਰੀ ਤੋ ਨਹੀਂ ਕਿ ਤੁਝ ਹੀ ਕੋ ਦੇਖਾ ਜਾਏ, ਅਰੇ ਮਰਨੇ ਵਾਲੇ ਤੋ ਤੇਰੀ ਤਸਵੀਰ ਪੇ ਮਰ ਜਾਤੇ ਹੈ। ਯੇ ਜ਼ਰੂਰੀ ਤੋ ਨਹੀਂ ਕਿ ਤੁਝ ਹੀ ਕੋ ਦੇਖਾ ਜਾਏ, ਮਰਨੇ ਵਾਲੇ ਤੋ ਤੇਰੀ ਤਸਵੀਰ ਪੇ ਮਰ ਜਾਤੇ ਹੈ। ਮੈਂ ਕਿਬਲਾ ਹਜ਼ੂਰ ਦੀ ਮੁਹੱਬਤ ਵੇਖੀ, ਯਕੀਨ ਕਰੋ ਚਸ ਆ ਗਈ ਮੈਨੂੰ ਕਿਬਲਾ ਹਜ਼ੂਰ, ਯਕੀਨ ਕਰੋ ਤਿੰਨ ਤੀਸਰੇ ਚੌਥੇ ਦਿਨ ਬਾਅਦ ਆਪ ਹਜ਼ੂਰ ਨਾਲ ਮੁਲਾਕਾਤ ਹੁੰਦੀ ਰਹਿੰਦੀ। ਆਪ ਹਜ਼ੂਰ ਦਾ ਹੁਕਮ ਹੋਇਆ ਸੀ ਇੱਕ ਸ਼ੇਰ, ਮੈਂ ਇੱਕ ਸ਼ੇਰ ਉਰਦੂ ਦਾ ਪੜ੍ਹਿਆ ਤੇ ਇੱਕ ਸ਼ੇਰ ਪੰਜਾਬੀ ਦਾ ਪੜ੍ਹਿਆ। ਮੈਂ ਮੁਲਤਮੇਸਾਂ ਸਾਡੇ ਅਜ਼ੀਮ ਨਾਥ ਖਾਨ, ਨੰਨੇ ਮੁੰਨੇ ਨਾਥ ਖਾਨ, ਮੇਰੀ ਮੁਰਾਦ ਮੁਹਤਰਮ ਮੁਹੰਮਦ ਅਸਨੈਨ ਸ਼ੌਕਤ ਫਰੀਦੀ ਸਾਹਿਬ ਤਸ਼ਰੀਫ ਲਿਆ ਕੇ ਹਜ਼ੂਰ ਦੀ ਬਾਰਗਾਹ ਛਦੀਆ ਅਕੀਦਤ ਪੇਸ਼ ਫਰਮਾਇਆ। ਨਾਰਾ ਤਕਬੀਰ, ਨਾਰਾ ਰਿਸਾਲਤ, ਨਾਰਾ ਆਦਰੀ,